ਡੀਏਪੀ ਖਾਦ ਦੀ ਕਿੱਲਤ ਅਤੇ ਕਾਲਾ ਬਾਜ਼ਾਰੀ ਨੂੰ ਲੈ ਕੇ ਸੜਕਾਂ ਦੇ ਉੱਤੇ ਕਿਸਾਨ ਨੇ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਤਸਵੀਰਾਂ ਦੇ ਵਿੱਚ ਕਿਸਾਨ ਨੇ ਡੀਏਪੀ ਦੀ ਕਾਲਾ ਬਾਜ਼ਾਰੀ ਨੂੰ ਲੈ ਕੇ ਐਗੀਟੇਸ਼ਨ ਕਰਦੇ ਨਜ਼ਰ ਆ ਰਹੇ ਨੇ। ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ, ਕਹਿ ਰਹੇ ਆ ਕਿ ਕਾਲਾ ਬਾਜ਼ਾਰੀ ਜਿਹੜੀ ਡੀਏਪੀ ਖਾਦ ਦੀ ਉਹ ਬੰਦ ਹੋਵੇ, ਔਰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਨੇ ਜਿਹੜੇ ਜ਼ਿਲ੍ਹੇ ਦੇ ਡੀਸੀ ਨੂੰ ਦਿੱਤੇ ਜਾ ਰਹੇ ਔਰ ਪੂਰੇ ਪੰਜਾਬ ਦੇ ਵਿੱਚ ਐਗੀਟੇਸ਼ਨ ਕਰ ਰਹੇ ਨੇ। ਆਪਾਂ ਗੱਲਬਾਤ ਵੀ ਕਰਦੇ ਹਾਂ ਪ੍ਰਧਾਨ ਜੀ, ਕਿਸ ਚੀਜ਼ ਨੂੰ ਲੈ ਗੁੱਸੇ ਦੇ ਵਿੱਚ ਉਹ, ਅੱਜ ਫਿਰ ਕਿਸਾਨ ਸੜਕਾਂ ਦੇ ਕਾਰਨ ਕੀ ਹੈ? 23 ਤਰੀਕ ਨੂੰ ਅਸੀਂ ਇੱਥੇ ਚੀਫ ਸਾਹਿਬ ਨੂੰ ਖੇਤੀਬਾੜੀ ਦੇ ਨੂੰ ਮੰਗ ਪੱਤਰ ਦੇ ਕੇ ਗਏ ਹਾਂ। ਵੱਡੀ ਗਿਣਤੀ 'ਚ ਆ ਕੇ ਜਿਹੜੀ ਡੀਏਪੀ ਦੀ ਆਉਣ ਵਾਲੇ ਦਿਨਾਂ 'ਚ ਦਿੱਕਤ ਬਣਨੀ ਆ, ਅੱਗੇ ਐ ਵਾਰੀ ਬਣਦੀ ਆ, ਜਦੋਂ ਯੂਰੀਆ ਦੀ ਲੋੜ ਹੁੰਦੀ ਆ ਯੂਰੀਆ ਦੀ ਦਿੱਕਤ ਬਣ ਜਾਂਦੀ ਹੈ, ਜੇ ਡੀਏਪੀ ਦੀ ਲੋੜ ਆ ਡੀਏਪੀ ਦੀ ਉਹ ਦਿੱਕਤ ਊਂ ਨਹੀਂ ਬਣਦੀ। ਇਹਨਾਂ ਦੀ ਨੀਚ ਕਮੀ ਕਰਕੇ ਕਾਲਾ ਬਜ਼ਾਰੀ ਵਪਾਰੀਆਂ ਨੂੰ ਕਰਾਉਣੀ ਹੁੰਦੀ ਆ ਇਹਨਾਂ ਨੇ, ਤਾਂ ਕਰਕੇ ਨਕਲੀ ਥੋੜ ਦੀ ਫਾਹ ਡਾ ਕੇ ਨਕੀਆ ਨਾਮ ਦਾ ਪ੍ਰਬੰਧ ਕਰਕੇ ਨਕੀਆ ਕਿਸਾਨਾਂ ਦੀ ਲੁੱਟ ਕਰਨੀ ਹੁੰਦੀ ਹੈ, ਜਿਹਦੇ 'ਚ ਨਕੀਆ ਵੱਡੀ ਪੱਧਰ 'ਤੇ ਵਪਾਰੀ ਕਾਲਾ ਬਜ਼ਾਰੀ ਬਾਜ਼ਾਰ 'ਚ ਕਾਲਾ ਬਜ਼ਾਰੀ ਹੁੰਦੀ ਆ, ਨਾਲ ਜਿਹੜੀਆਂ ਐਫਕੋ ਵਰਗੀਆਂ ਫੈਕਟਰੀਆਂ ਨੂੰ ਮੁਨਾਫਾ ਦੇਣ ਖਾਤਰ ਸੈਂਟਰ 'ਤੇ ਪੰਜਾਬ ਸਰਕਾਰ ਇੱਕ ਜਿਹਦੇ 'ਚ ਮਾੜੀ ਮੋਟੀ ਮਿਲਦੀ ਵੀ ਆ, ਉਹਦੇ ਦੋ ਗੱਟਾਂ ਦੇ ਨਾਲ ਇੱਕ ਨੈਣੋ ਦਾ ਤਰਲ ਪਦਾਰਥ ਡੀਏਪੀ ਦਾ ਦਿੱਤਾ ਜਾਣਾ, ਜਿਹੜੀ ਸਿੱਧੀ ਕਿਸਾਨਾਂ ਦੀ ਲੁੱਟ ਆ। ਲੁਧਿਆਣਾ ਯੂਨੀਵਰਸਿਟੀ ਇਹਨੂੰ ਕਮੇ ਉਹੀ ਨਹੀਂ ਸਿਫਾਰਿਸ਼ ਨਹੀਂ ਕਰਦੀ, ਉਹ ਆਉਂਦੀ ਇਹ ਕੰਮ ਹੀ ਨਹੀਂ ਕਰਦੀ। ਜਦੋਂ ਇਹ ਕੰਮ ਨਹੀਂ ਕਰਦੀ ਫਿਰ ਐਫਕੋ ਵਰਗੀਆਂ ਜਿਹੜੀ ਕਿਸਾਨਾਂ ਦੀ ਲੁੱਟ ਕਰਾਉਣ ਖਾਤਰ ਇਹ ਕਿਉਂ ਸੈਟਰੀਆਂ ਨੂੰ ਦਿੰਦੇ ਆ? ਜਿਹੜੇ ਜੇ ਸੈਕਟਰੀ ਮਜਬੂਰ ਹੋ ਕੇ ਉਹ ਕਿਸਾਨਾਂ ਨੂੰ ਦਿੰਦੇ ਤੇ ਕਿਸਾਨ ਸੈਕਟਰੀਆਂ ਦੇ ਗਲ ਪੈਂਦੇ ਆ। ਤਾਂ ਕਰਕੇ ਸਾਰੇ ਪੰਜਾਬ 'ਚ ਡੀਸੀ ਦਫ਼ਤਰਾਂ ਦੇ ਮੰਗ ਪੱਤਰ ਦੇਣੇ ਆ। ਅਸੀਂ ਨੈਣੋ ਕਿਸੇ ਵੀ ਕੀਮਤ 'ਤੇ ਇਹ ਕਿਸਾਨਾਂ ਨੂੰ ਨਹੀਂ ਦਿੰਦੇ, ਸਿਫਾਰਿਸ਼ ਹੀ ਨਹੀਂ। ਅਤੇ ਨਾਲ ਜਿਹੜੀ ਡੀਏਪੀ ਦੀ ਘਾਟ ਆ, 20-25 ਦਿਨਾਂ ਨੂੰ ਡੀਏਪੀ ਕਣਕ ਦੀ ਬਿਜਾਈ ਚੱਲ ਪੈਣੀ ਆ। ਪੰਜਾਬ ਸਰਕਾਰ ਨੇ ਇਹਦੇ ਟੈਂਡਰ ਨਹੀਂ ਕੀਤਾ, ਅਤੇ ਟੈਂਡਰ ਨਹੀਂ ਕੀਤਾ ਅਤੇ ਨਾ ਹੀ ਉਹਦੇ ਪੈਸੇ ਭਰੇ ਆ, ਅਤੇ ਜੇ ਪੈਸੇ ਨਹੀਂ ਭਰੇ ਤਾਂ ਡੀਏਪੀ ਆਊ ਕਿੱਥੋਂ? ਬਿਲਕੁਲ, ਜ਼ਾਹਿਰ ਤੌਰ 'ਤੇ ਦਿੱਕਤਾਂ ਨੇ ਕਿਸਾਨ ਬਾਈ, ਦਿੱਕਤ ਕਿੰਨੀ ਆ ਰਹੀ ਹੈ ਜੇ ਮੌਕੇ 'ਤੇ ਰੇਹ ਨਾ ਮਿਲੇ ਉੱਤੇ ਬਿਜਾਈ ਹੁੰਦੀ ਜ਼ਿਮੀਂਦਾਰੀ, ਦਿੱਕਤਾਂ ਕਿੰਨੀਆਂ? ਭਾਅ ਕੰਮ ਉਹ ਘੱਟ ਜਾਂਦਾ ਜੀ, ਮਤਲਬ ਪੂਰਾ ਝਾੜ ਨਹੀਂ ਨਿਕਲਦਾ ਜੀ, ਅਤੇ ਫਿਰ ਡੀਏਪੀ ਦੇ ਬਿਨਾਂ ਬਣਦੇ ਕੁਛ ਨਹੀਂ। ਬਜ਼ੁਰਗ, ਦਿੱਕਤ ਕਿੰਨੀ ਆਉਂਦੀ ਹੈ ਜੇ ਜ਼ਿਮੀਂਦਾਰ ਰੇਹ ਲੈਣ ਜਾਵੇ, ਲੰਬੀਆਂ ਲਾਈਨਾਂ ਹੋਣ, ਰੇਹ ਨਾ ਮਿਲੇ? ਆਧਾਰ ਕਾਰਡ ਤਾਂ ਦਿੰਦੇ ਆ ਜੀ, ਦੋ ਘੱਟੇ ਕਿੱਦੜਵੇ, ਕਹਿੰਦੇ ਦੋ ਲੈਣੇ ਆ ਲੈ ਲਓ, ਅਤੇ ਨਾਲੇ ਜਿੰਨੀ ਵੱਧ ਹੋਵੇ ਫਸਲ 'ਚ ਫਿਰ ਕੀ ਕਰੂਗਾ ਬੰਦਾ? ਫਿਰ ਆਪਦਾ ਜਿਹੜਾ ਕਦੋਂ ਲਊਗਾ ਜੀ। ਅੱਛਾ, ਬਲੈਕ 'ਚ ਮਿਲ ਜਾਂਦੀ ਹੈ? ਕਹਿੰਦੇ ਬਲੈਕ ਮਿਲਦੀ ਹੈ, ਬਲੈਕ? ਹਾਂਜੀ, ਬਲੈਕ ਦਿੰਦੇ ਜੀ, ਮਿਲ ਜਾਂਦੀ ਹੈ ਜੀ ਬਲੈਕ 'ਚ ਰੇਹ, ਕੀ ਕਹਿੰਦੇ? ਬਈ ਜੀ, ਦਿੱਕਤਾਂ ਕਿੰਨੀਆਂ ਨੇ ਕਿਸਾਨਾਂ ਨੂੰ, ਤੁਸੀਂ ਖੁਦ ਅਗਵਾਈ ਕਰ ਰਹੇ ਹੋ ਇਹਨਾਂ ਦੀ? ਦੇਖੋ, ਜਦੋਂ ਕਿਸਾਨਾਂ ਦੀ ਫਸਲ ਬੀਜਣੀ ਹੈ, ਫਸਲ ਦੀ ਬਿਜਾਈ ਦਾ ਮੌਕਾ ਹੈ, ਉਹ ਤੋਂ ਪਹਿਲਾਂ ਜਿਹੜੀ ਇਹ ਬਦਲਾਅ ਦੀ ਸਰਕਾਰ ਹੈ, ਇਹਨੇ ਕੁਝ ਨਹੀਂ ਕੀਤਾ ਲੋਕਾਂ ਲਈ। ਇਸ ਕਰਕੇ ਜਦੋਂ ਕਾਲਾ ਬਾਜ਼ਾਰੀ ਹੁੰਦੀ ਹੈ, ਉੱਥੇ ਬਨਾਉਟੀ ਰੇਹ ਹੈ ਜਿਹੜੀ, ਉਹ ਵੀ ਵੇਚੀ ਜਾਂਦੀ ਆ, ਉਹਦੇ 'ਚ ਦੁੱਗਣੀ ਲੁੱਟ ਸਗੋਂ ਕਿਸਾਨਾਂ ਦੀ ਹੁੰਦੀ ਹੈ, ਕਿ ਉਹ ਝਾੜ ਵੀ ਘੱਟਦੇ ਆ ਅਤੇ ਫਸਲ ਪ੍ਰਫੁੱਲਤ ਵੀ ਨਹੀਂ ਹੁੰਦੀ। ਇਸ ਕਰਕੇ ਸਰਕਾਰ ਨੇ ਜਿਹੜੀ ਇਹ ਟਾਈਮ ਪਹਿਲਾਂ ਪੈਸੇ ਨਹੀਂ ਭਰੇ, ਜਾਂ ਜੋ ਆ ਰਹੀ ਹੈ ਐਫਕੋ ਵਗੈਰਾ 'ਚ, ਉੱਥੇ ਕਿਸਾਨਾਂ ਨਾਲ ਹੋਰ ਜਿਹੜੀ ਨੈਣੋ ਵਗੈਰਾ ਜਿਹੜੀ ਯੂਨੀਵਰਸਿਟੀਆਂ ਨੇ ਫੇਲ ਕੀਤੀ ਹੋਈ ਆ, ਉਹਨੂੰ ਵੰਡਿਆ ਜਾ ਰਿਹਾ। ਇਹਦਾ ਕਾਰਨ ਪਿੱਛੇ ਬਹੁਤ ਵੱਡਾ ਕਾਰਨ ਇਹ ਹੈ ਵੀ ਜ਼ਮੀਨਾਂ ਖੋਣੀ ਹੈ, ਫਸਲਾਂ ਹੋਣ ਨਹੀਂ ਦੇਣੀਆਂ, ਕਿਉਂਕਿ ਨਰਮਾ ਪੱਟੀ ਹੈ, ਨਰਮੇ ਪੱਟੀ ਦੇ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ, ਨਰਮਾ ਪੱਟੀ ਸਾਰਾ ਖਤਮ ਹੈ। ਇਸ ਕਰਕੇ ਉਹ ਕਹਿੰਦੇ ਵੀ ਕਿਸਾਨ ਜ਼ਮੀਨਾਂ ਤੋਂ ਆਪਣੇ ਹੱਥ ਖੜੇ ਕਰ ਦੇਣ। ਇਸ ਕਰਕੇ ਇਹ ਜਿਹੜੀਆਂ ਨੀਤੀਆਂ ਪੋਲਿਸੀਆਂ ਲਿਆ ਕੇ ਲੋਕਾਂ ਨੂੰ, ਕਿਸਾਨਾਂ ਨੂੰ ਠਿੱਠ ਕਰਕੇ ਜ਼ਮੀਨ ਤੋਂ, ਪੂਰੇ ਪੰਜਾਬ ਦੇ ਵਿੱਚ ਹੈ ਜਾਂ ਸਿਰਫ ਬਠਿੰਡਾ 'ਚ ਹੈ, ਕਿੱਥੇ ਕਿਤੇ ਐਗੀਟੇਸ਼ਨ ਕਰ ਰਹੇ ਹੋ, ਸੁਨੇਹਾ ਕੀ ਹੈ ਸਰਕਾਰ ਨੂੰ? ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ 'ਤੇ ਸਾਰਿਆਂ 'ਤੇ ਅੱਜ ਐਜੀਟੇਸ਼ਨ ਹੋਣਾ, ਸਾਰਿਆਂ 'ਤੇ ਮੰਗ ਪੱਤਰ ਦੇਣੇ, ਅਤੇ ਸਰਕਾਰ ਨੂੰ ਚੇਤਾਵਨੀ ਹੈ ਇਹ ਵੀ ਆਉਣ ਵਾਲੇ ਦਿਨਾਂ 'ਚ ਜੇ ਇਹ ਕਾਲਾ ਬਾਜ਼ਾਰੀ ਬੰਦ ਨਾ ਕਰੀ ਅਤੇ ਡੀਪੀ ਦਾ ਪ੍ਰਬੰਧ ਨਾ ਕਰਿਆ, ਤਾਂ ਵੱਡੀ ਗਿਣਤੀ 'ਚ ਲੋਕ ਇਹ ਬਦਲਾਅ ਦੀ ਸਰਕਾਰ ਨੂੰ ਘੇਰਨਗੇ। ਬਿਲਕੁਲ, ਗੁੱਸੇ 'ਚ ਨੇ ਕਿਸਾਨ, ਕਹਿ ਰਹੇ ਆ ਕਿ ਐਗੀਟੇਸ਼ਨ ਕਰਾਂਗੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ ਗਏ ਨੇ, ਕਹਿ ਰਹੇ ਆ ਕਿ ਕਾਲਾ ਬਾਜ਼ਾਰੀ ਹੈ ਉਹ ਰੇਹ ਦੀ ਬੰਦ ਹੋਵੇ, ਨਾਲ ਹੀ ਜਿਹੜੀ ਵਾਧੂ ਰੇਹ ਹੈ ਕਿਸਾਨਾਂ 'ਤੇ ਭਾਰ ਪਾਇਆ ਜਾ ਰਿਹਾ, ਉਸ 'ਤੇ ਵੀ ਕਿਤੇ ਨਾ ਕਿਤੇ ਨਕੇਲ ਕੱਸੀ ਜਾਵੇ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।